अजी छली कि नदी आ गई छली कि नदी भाई छली 30 रुपए दी 40 रुपए छली ए भाई ता दिंदा 30 40 दी अच्छा भाई जी मैं वीडियो ता बनाण लगा इथे मैं छलियां लेण आया घरों ते अगे किथे बच्ची आई छोटी जी ए ता भाई 40 रुपए दी 30 रुपए दी छली दिंदा मैं देखा थोड़ा सोचदा सीगा भी भाई लोकां को एक छली भी नहीं खा हुंदी उहने दो लैणियां सी एक लई मैं सोचदा भाई जी आपां वेले टाइम ना इवें रेहड़ी ला के पिंडा थावां च जाके कदी फ्रूट दी रेहड़ी ला के कदी छलियां दी रेहड़ी ला के कदी कोई सब्जी दी रेहड़ी ला के लोकां नूं वंड के आया करिए नहीं चाचा मान ना मेरा दिल बड़ा खिच होया यार दो छलियां लैण आई एक छली लै के मुड़ गए एक मन छलियां बाई दियां कह लो विकदियां रोज दियां आपां इत्थों इहनूं लै लांगे नाल मन छलियां इत्थे सटावांगे इहनूं इहदी दिहाड़ी वक्खरी देवांगे मन छलियां भाई वंड के आवांगे ਉਹਨਾਂ ਜਗ੍ਹਾ ਤੇ ਜਾ ਕੇ ਜਿੱਥੇ ਬਾਈ ਨਿਆਣੇ ਨਿੱਕੇ ਨਿੱਕੇ ਜਿਹਨਾਂ ਛੱਲੀਆਂ ਨਹੀਂ ਖਾਧੀਆਂ ਸੀਜ਼ਨ ਲੰਘ ਚੱਲਾ ਪੂਰਾ ਛੱਲੀਆਂ ਭੁੰਨੀਆਂ ਖਾਧੀਆਂ ਨਹੀਂ ਜਿਹਨਾਂ ਨੇ ਓਏ ਹੋਏ 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 ਆਈ ਜੀ ਭਾਈ ਜੀ ਆਪ ਮੈਂ ਭੁੰਨੀ ਜਿਹੜੀ ਉਹ ਮੈਂ ਲੱਗਾ ਖਾਣ ਜੇ ਤੁਸੀਂ ਖਾਣੀ ਤਾਂ ਦੱਸੋ ਅਸਲਾਮ ਅਲੈਕੁਮ ਛੱਲੀ ਖਵਾਵਾਂ ਬਾਬਾ ਜੀ ਹੈ ਬਾਬਾ ਇੰਨਾ ਸੁਰਮਾ ਕਾਹਤੋਂ ਪਾਇਆ ਮੈਂ ਇੱਕ ਗੱਲ ਪੁੱਛਣੀ ਸੀ ਮੇਰੀਆਂ ਅੱਖਾਂ ਨੂੰ ਦਿਸਦਾ ਘੱਟ ਅੱਖਾਂ ਖਰਾਬ ਨੇ ਤੇ ਸੁਰਮਾ ਇੰਨਾ ਠੋਕਤਾ ਸਮੋਕਰਾ ਕੋਏ ਜਿਹੜੇ ਗਲੇ ਪਏ ਹੈ ਇਹ ਨਾ ਆਰਾਮ ਆ ਜਾਂਦਾ ਮੈਨੂੰ ਸੁਰਮੇ ਨਾਲ ਹਾਂ ਇਹ ਤਾਂ ਇਹ ਸਾਡਾ ਸੁਰਮਾ ਵਾ ਜੇ ਕੋਈ ਦੂਜਾ ਨਹੀਂ ਨਹੀਂ ਸਰ ਸਾਡਾ ਆ ਮੈਨੇ ਨਾ ਅੱਖਾਂ ਦੇ ਕੋਈ ਗੱਲ ਜਾਂਦੇ ਜਾ ਆ ਤੇਰੀ ਉਮਰ ਕਿੰਨੀ ਦਾ ਵਾਵਾ ਹੀ ਸਿਆਣਾ ਲੱਗਦਾ ਆ ਉਮਰ ਤਾਂ ਮੈਂ ਥੋੜੀ ਜੀ ਕਿੰਨੀ ਕੁ 40-45 ਸਾਲ ਯਾਰ ਤਾਂ ਆ ਜਾਂਦੀ ਪਿਆ ਕਰ ਉਹ ਜਾਂਦੀ ਦੋ ਤਿੰਨ ਵਾਰਾਂ ਦਾ ਮੇਰਾ ਐਕਸੀਡੈਂਟ ਹੋ ਗਿਆ ਸੱਟਾਂ ਖਾਧੀ ਖੜੀਆਂ ਮੈਨੂੰ ਅੱਛਾ ਤੇਰੇ ਵਰਗੇ ਪਾਗਲ ਆਉਂਦੇ ਪਿੱਛੇ ਲਾ ਕੇ ਠੋਕਿਆ ਮੂੰਹ ਤਾਂ ਕਰਕੇ ਗਾਂ ਮਾਰਿਆ ਅੱਲਾ ਦੀ ਕਸਮੇ ਹੋਰ ਬਿਲਕੁਲ ਬੂਦ 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 ਆਪਣੀ ਸ਼ੋਅ ਚ ਆਉਣ ਦੇ ਹਾਂ ਸ਼ੋਅ ਕੀਆਂ ਮਾਰਦੇ ਪਾਡੀਆਂ ਮਾਰਦੇ ਆਉਂਦੇ ਮਾਰਿਆ ਕੰਨੀ ਤੇ ਉਹ ਗਿਆ ਟਾਇਰ ਰੁੜਦਾ ਬਹੁ ਬਹੁ ਜਾਂਗ ਦੋ ਤਿੰਨ ਵਾਰੀ ਹੋ ਗਿਆ ਜ਼ਿੰਦਗੀ ਚ ਤੇ ਫਿਰ ਬੱਜ ਗਿਆ ਅਗਲੇ ਦਿਨ ਤੇ ਮੈਂ ਰੋੜ ਦੇਣਾ ਜਿੰਨ ਵੈਸੇ ਹੀ ਓਏ ਹੋਏ ਅਗੇ ਆ ਗਿਆ ਇੱਕ ਦਿਨ ਆ ਮੈਂ ਆਉਣ ਡਿਆ ਸੀ ਪੱਕੀ ਤੇ ਇੱਥੇ ਹੀ ਤੇ ਇਦਾਂ ਇਦਾਂ ਹੀ ਉਹਨਾਂ ਨੇ ਆ ਕੇ ਪਿੱਛੋਂ ਮਾਰਿਆ ਸਰਕਾਰ ਮੇਰੀ ਓ ਚੱਲਣ ਦੇ ਓਏ ਹੋਏ ਹੋ ਮੇਰੇ ਤਾਂ ਜਿਹੜੀਆਂ ਸੱਟਾਂ ਲੱਗੀਆਂ ਲੱਗੀਆਂ ਪਰ ਜਿਹੜਾ ਪਿੱਛੇ ਸੀ ਨਾ ਉਹਦਾ ਕੱਖ ਨਹੀਂ ਰਿਹਾ ਓਏ ਹੋਏ ਹੋਏ ਉਹਦੀ ਅਜੀ ਲੱਤ ਸਾਰੀ ਪਾਟ ਗਈ ਓਏ ਅੱਲਾ ਤੇ ਅਗਲੇ ਨੂੰ ਕੱਖ ਨਹੀਂ ਹੋਇਆ ਫਿਰ ਮੈਂ ਉਹ ਜਿਹੜਾ ਅੱਗੇ ਸੀ ਉਹਦੇ ਦੋ ਸੱਟੀਆਂ ਵੀ ਉੱਠ ਕੇ ਮੈਂ ਬੜੀ ਦਲੇਰੀ ਕੀਤੀ ਬੰਦਿਆਂ ਨੂੰ ਫੜ ਲੈਣਾ ਬਾਬਾ ਨਾ ਮਾਰ ਮਰ ਤਾਂ ਅੱਗੇ ਕਹਿੰਦੇ ਧੀ ਦੇ ਚੁੱਟ ਤੂੰ ਕਿੱਥੇ ਆ ਤੇ ਇਹ ਇੱਕ ਪੱਕੀ ਕਿੱਥੇ ਤੇ ਤੂੰ ਕਿੱਥੇ ਜਾਣਦੀ ਓਏ ਹੋਏ ਹੋਏ ਇਦਾਂ ਹੀ ਮੋਬਾਈਲ ਤੇ ਮੂੰਹ ਚੱਕਿਆ ਮੂੰਹ ਚੱਕਿਆ ਜਾ ਤੁਹਾਡੀ ਮੈਂ ਹੁਣ ਮੈਨੂੰ ਸੱਟਾਂ ਜਿਹੜੀਆਂ ਨਾ ਉਹ ਖਾਧੀ ਖੜੀ ਗੋਡੇ ਦੇ ਮੂੰਹ ਤਾਇਆ ਕਹਿੰਦਾ ਮੇਰੀ ਉਮਰ ਤਾਂ 45 ਕੀ ਸਾਲ ਆ ਹੱਲੇ ਹੁਣ ਲੱਗਦਾ ਇਹ ਪੁਰਾਣੇ ਦੌਰ ਦਾ ਉਮਰ ਕਿਹੜੀ ਆ ਇੰਡੀਆ ਵੇਲੇ ਦੀ ਕੋਈ ਗੱਲ ਚੇਤੇ ਹੋਵੇ ਸਾਰੀ 1986 ਦੀ ਦੱਸ ਮੈਨੂੰ ਕਾਕਾ ਜਿਹੜਾ ਸਾਰੋਂ ਨਹੀਂ ਪੈਣ ਜੰਗ ਲੱਗਾ ਜੇ ਸਤਰ ਜੀ ਉਹ ਦੀ ਬਾਦਸ਼ਾਹ ਸੀ ਹਾਂ ਉਹਦੇ ਮੈਂ ਜਵਾਨੀ ਚੜਦਾ ਸੀ ਜਵਾਨੀ ਚੜਦਾ ਸੀ ਤਾਜ਼ੀ ਤਾਜ਼ੀ ਹੈਲੋ ਉਹ ਸਾਹ ਭੁੰਨੀ ਹੋਈ ਹੈ ਸਹੀ ਮੇਰੇ ਵਾਲੀ ਬਈ ਜਿਹੜੀ ਮੈਂ ਭੁੰਨੀ ਆ ਸਹੀ ਨਹੀਂ ਭੁੰਨ ਹੋਈ ਨਾਸਰ ਭਾਈ ਇਹ ਭੁੰਨ ਕੇ ਦੁਬਾਰਾ ਖਾ ਲਾ ਚੰਗਾ ਜੀ ਤਾਇਆ ਜੀ ਭਈ ਲਾ ਦੇ ਇੰਨੀ ਕੁ ਤੇ ਬਾਕੀ ਭੁੰਨ ਕੇ ਤਾਏ ਨੂੰ ਖਵਾ